ਪਾਦਸ਼ਾਹ ਕਹਿੰਦੇ ਕਈਆਂ ਦੀ ਜ਼ਿੰਦਗੀ ਲੰਘ ਰਹੀ ਐ ਰਾਜੇ ਦੇ ਡਰ ਦੇ ਵਿੱਚ ਹੀ ਉਹ ਇਹ ਗੱਲ ਭੁੱਲ ਗਏ ਕਿ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਾਜ ਰੱਬ ਦਾ ਹੀ ਸਦਾ ਰਹਿਣਾ ਐ ਇੱਥੇ ਕਈ ਬਾਕੀ ਆਏ ਤੇ ਕਈ ਚਲੇ ਗਏ ਰਾਜ ਅਕਾਲ ਪੁਰਖ ਦਾ ਹੀ ਰਹਿਣਾ ਐ ਹੁਕਮ ਉਹਦਾ ਹੀ ਰਹਿਣਾ ਐ ਪਰ ਕਈਆਂ ਦੀ ਜ਼ਿੰਦਗੀ ਤੇ ਇਦਾਂ ਹੀ ਲੰਘਦੀ ਮੈਂ ਇਤਿਹਾਸ ਨੂੰ ਪੜ੍ਹ ਰਿਹਾ ਸੀ ਵੇਖੋ ਸਿੱਖ ਦੀ ਇਦਾਂ ਨਹੀਂ ਲੰਗਦੀ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਨਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਸਲੋਦੀ ਵਾਲੇ ਸਿੰਘਾਂ ਦਾ ਜਗਰ ਕੀਤਾ ਜਿਨ੍ਹਾਂ ਦਾ ਨਾਮ ਹੈ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਇਹ ਇਲਾਕੇ ਦੇ ਵਿੱਚ ਚੰਗੇ ਸਨ ਵੱਡੇ ਨਾਮ ਸਨ ਸਰਹੰਦ ਦੇ ਇਲਾਕੇ ਵਿੱਚ ਅਹਲਕਾਰ ਵੀ ਸਨ ਜਦੋਂ ਗੁਰੂ ਦਾ ਥਾਪੜਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਜ਼ੁਲਮੀ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਪੰਜਾਬ ਵੱਲ ਨੂੰ ਤੁਰਿਆ ਤੇ ਦਿੱਲੀ ਦਾ ਤਖਤ ਤੇ ਲੱਗਿਆ ਥੋੜਾ ਸਮਝਿਓ ਦਿੱਲੀ ਦਾ ਤਖਤ ਤੇ ਉਹ ਐ ਪਰ ਦਿੱਲੀ ਤੋਂ ਚੱਲਣ ਵਾਲੇ ਇੱਥੇ ਵੀ ਬੈਠੇ ਸਨ ਵਜ਼ੀਰ ਖਾਨ ਵਰਗੇ ਜਿਨ੍ਹਾਂ ਦੀਆਂ ਸਾਰੀਆਂ ਤਾਰਾਂ ਉੱਥੋਂ ਹੀ ਹਿਲਦੀਆਂ ਸਨ ਜਿਹੜੇ ਸਾਡੇ ਸਕੇ ਨਹੀਂ ਤੇ ਇਧਰ ਵजीर खान ਨੂੰ ਪਤਾ ਲੱਗਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਮੈਂ ਬੇਨਤੀ ਕਰਾਂ ਅਸੀਂ ਮੁਸ਼ਕਲਾਂ ਦੇ ਵਿੱਚੋਂ ਕਿਵੇਂ ਲੰਘਣਾ ਹੈ ਜੇ ਇਸ ਗੱਲ ਨੂੰ ਸਮਝਣਾ ਹੋਵੇ ਤੇ ਪ੍ਰਾਚੀਨ ਪੰਥ ਪ੍ਰਕਾਸ਼ ਗੁਰਮਖੋ ਜ਼ਰੂਰ ਪੜਿਓ ਅੱਜ ਤੇ ਮੁਸ਼ਕਲਾਂ ਹੀ ਕੋਈ ਨਹੀਂ ਸਾਡੇ ਦੇ ਉੱਤੇ ਇਹ ਵੀ ਹਾਲਾਤ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜਿਆ ਤੇ ਸਿੱਖਾਂ ਨੂੰ ਸਿੱਖਾਂ ਦੇ ਸਿਰਾਂ ਨੂੰ ਨਿਧਿਆਂ ਤੇ ਟੰਗਿਆ ਸੰਗੜਾਂ ਦੇ ਨਾਲ ਬੰਨ ਦਿੱਤੇ ਸਿੱਖ ਜਲੂਸ ਨਿਕਲਿਆ ਤੇ ਜਲੂਸ ਦੇ ਅੱਗੇ-ਅੱਗੇ ਸਰਕਾਰ ਨੇ ਬਿੱਲੀ ਮਾਰ ਕੇ ਟੰਗੀ ਸੀ ਕਿ ਸਿੱਖ ਦੇ ਕੀ ਛੱਡਣਾ ਸੀ ਤੇ ਬਿੱਲੀ ਕੋਈ ਨਹੀਂ ਛੱਡੀ ਇਹ ਪ੍ਰਤੀਕ ਸੀ ਪਰ ਸਿੱਖ ਮੁੱਕ ਗਏ ਨਾ ਉਹਦੇ ਤੋਂ ਬਾਅਦ ਅਸੀਂ ਰਾਜ ਨਹੀਂ ਕੀਤਾ ਨਾਦਰ ਸ਼ਾਹ ਕਿੰਨੇ ਭਜਾਇਆ ਐ ਅਹਿਮਦ ਸ਼ਾਹ ਬਦਾਲੀ ਕਿੰਨੇ ਭਜਾਇਆ ਗੁਰੂ ਪੰਥ ਨੇ ਪਰ ਜਦੋਂ ਗੁਰੂ ਦੇ ਹੁਕਮ ਵਿੱਚ ਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਕਿ ਵਜ਼ੀਰ ਖਾਨ ਦਾ ਤਖਤ ਲਿਆ ਉਹਨੇ ਇੱਕ ਦਿਨ ਦਰਬਾਰ ਦੇ ਵਿੱਚ ਬਾਬਾ ਅਲੀ ਸਿੰਘ ਤੇ ਮਾਲੀ ਸਿੰਘ ਨੂੰ ਕਿਹਾ ਵੀ ਅੱਗੇ ਤੇ ਤੁਹਾਡਾ ਜਿਹੜਾ ਗੁਰੂ ਐ ਗੁਰੂ ਗੋਬਿੰਦ ਸਿੰਘ ਉਹ ਪੰਜਾਬ ਦੇ ਵਿੱਚੋਂ ਦੂਰ ਚਲਾ ਗਿਆ ਹੈ ਬੱਚੇ ਵੀ ਸ਼ਹੀਦ ਕੀਤੇ ਪਰ ਮੈਨੂੰ ਪਤਾ ਲੱਗਾ ਕਿ ਹੁਣ ਤੁਹਾਡਾ ਗੁਰੂ ਇੱਕ ਹੋਰ ਗੁਰੂ ਨੂੰ ਪੰਜਾਬ ਵੱਲ ਭੇਜ ਰਿਹਾ ਹੈ ਜਾਓ ਹਾਂ ਪੜਾਓ ਬੰਦਾ ਸਿੰਘ ਬਹਾਦਰ ਨੂੰ ਇੱਥੇ ਲੈ ਆਓ ਦੇਖੀਏ ਤੇ ਸਹੀਂ ਉਹਨੇ ਟੌਕ ਮਾਰੀ ਬਾਬਾ ਅਲੀ ਸਿੰਘ ਤੇ ਮਾਲੀ ਸਿੰਘ ਨਿਆਖਿਆ ਵਜ਼ੀਰ ਖਾਨ ਉਹ ਗੁਰੂ ਨਹੀਂ ਉਹ ਗੁਰੂ ਦਾ ਭੇਦਿਆ ਹੋਇਆ ਬੰਦਾ ਹੈ ਤੇ ਇੱਕ ਗੱਲ ਦਾ ਖਿਆਲ ਕਰੀ ਯੋਧਿਆਂ ਨੂੰ ਸੱਦਣ ਦੀ ਲੋੜ ਨਹੀਂ ਹੁੰਦੀ ਉਹ ਜ਼ਰੂਰ ਇੱਥੇ ਆਵੇਗਾ ਤੇ ਫੇਰ ਸਾਹਮਣੇ ਹੋ ਕੇ ਟੱਕਰ ਲਵੇ ਵਜ਼ੀਰ ਖਾਨ ਨੂੰ ਕਹਿ ਰਿਹਾ ਬਾਬਾ ਅਲੀ ਸਿੰਘ ਬਾਬਾ ਮਾਲੀ ਸਿੰਘ ਸਲੋਦੀ ਸਿੰਘਾਂ ਵਾਲੇ ਵਜ਼ੀਰ ਖਾਨ ਨੂੰ ਗੱਲ ਚੁਭ ਗਈ ਇਹ ਮੇਰੇ ਰਾਜ ਭਾਗ ਦੇ ਵਿੱਚ ਰਹਿੰਦੇ ਆ ਪਰ ਗੱਲ ਕੌਮ ਦੀ ਕਰਦੇ ਆ ਵੇਖੋ 1984 ਦੇ ਵਿੱਚ ਸਿੱਖ ਫੌਜੀਆਂ ਨੇ ਬੈਰਗਾ ਛੱਡੀਆਂ ਕਿਉਂ ਇਹ ਦੀਆਂ ਜੜਾਂ ਪਿੱਛੇ ਵੀ ਪਈਆਂ ਸਾਡੇ ਲਈ ਸਭ ਤੋਂ ਪਹਿਲਾਂ ਸਿਰਫ ਕੌਮ ਹੈ ਸਾਡਾ ਗੁਰੂ ਹੈ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਉਹਦੇ ਤੋਂ ਪਰਾਂ ਸਾਡੇ ਲਈ ਉਜਾੜ ਹੈ ਬਾਬਾ ਅਲੀ ਸਿੰਘ ਬਾਬਾ ਮਾਲੀ ਸਿੰਘ ਨੂੰ ਕੈਦ ਕੀਤਾ ਗਿਆ ਪਰ ਉਹ ਗੁਰਮੁਖ ਛੁੱਟ ਗਿਆ ਨਿਕਲ ਗਿਆ ਤੇ ਜਾ ਕੇ ਕਿੱਥੇ ਮਿਲੇ ਵਜ਼ੀਰ ਖਾਨ ਨੇ ਵੀ ਤੇ ਲਾਲਚ ਦਿੱਤੇ ਨਾ ਪਰ ਉਹ ਉਹਦੇ ਪਾਸੇ ਨਹੀਂ ਗਿਆ ਉਹ ਗੁਰੂ ਵਾਲੇ ਪਾਸੇ ਖੜੇ ਗੁਰੂ ਪੰਥ ਵਾਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲੇ ਤੇ ਜਦੋਂ ਚਾਪੜ ਚਿੜੀ ਦੇ ਮੈਦਾਨ ਵਿੱਚ ਦੁਨੀਆ ਦਾ ਉਹ ਮੈਦਾਨ ਜਿੱਥੇ ਮੁਗਲ ਹਕੂਮਤ ਨੂੰ ਲੱਕ ਤੋੜ ਵੀ ਹਾਰ ਜਿੰਨੂੰ ਕਹਿੰਦੇ ਸੀ ਅਜਿੱਤ ਹਕੂਮਤ ਗੁਰੂ ਦਾ ਪੰਥ ਤੇ ਇਕੱਠਾ ਹੀ ਨਹੀਂ ਹੁੰਦਾ ਅਸੀਂ ਤੇ ਦਿੱਲੀ ਦਾ ਤਖਤ ਹਰਾਇਆ ਤੇ ਜੇ ਇਕੱਠੇ ਹੋ ਜਾਈਏ ਸਾਡੇ ਸਾਹਮਣੇ ਅੜਦਾ ਕੋਈ ਵੀ ਨਹੀਂ ਚਾਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉੱਥੇ ਬੁੱਤ ਲੱਗੇ ਹੋਏ ਆ ਜਿਹੜੀ ਯਾਦਗਾਰ ਹੈ ਬਾਬਾ ਆਲੀ ਸਿੰਘ ਬਾਬਾ ਮਾਲੀ ਸਿੰਘ ਲੜੇ ਤੇ ਰਤਬੇ ਪੰਥ ਵੀ ਦਿੰਦਾ ਜਦੋਂ ਸਰਹੰਦ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਬਣਾਇਆ ਇਥੋਂ ਦਾ ਨਾਇਬ ਸੂਬੇਦਾਰ ਬਣਾਇਆ ਗਿਆ ਬਾਬਾ ਆਲੀ ਸਿੰਘ ਨੂੰ ਵਜ਼ੀਰ ਖਾਨ ਦਾ ਪਾਸਾ ਨਹੀਂ ਉਹਨਾਂ ਨੇ ਲਿਆ ਪੰਥ ਦਾ ਪਾਸਾ ਲਿਆ ਅੱਜ ਵੀ ਸਾਨੂੰ ਪੰਥ ਵਾਲੇ ਪਾਸੇ ਆਉਣਾ ਚਾਹੀਦਾ ਹੈ ਦੁਨੀਆਂ ਦੀ ਕੋਈ ਵੀ ਤਾਕਤ ਸਾਡੇ ਪੰਥ ਨੂੰ ਆਖੇ ਵੀ ਮਕਾਉਣਾ ਮਕਾ ਕੋਈ ਨਹੀਂ ਸਕਦਾ ਗੁਰੂ ਗ੍ਰੰਥ ਵੀ ਜਗੋ ਜੁਗ ਅਟੱਲ ਤੇ ਗੁਰੂ ਪੰਥ ਵੀ ਜੁਗੋ ਜੁਗ ਅਟੱਲ